नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। मेरे सत्कार योग वीर जी सरदार कुलबीर सिंह जी जीरा जी और उन्होंने साढ़े नाल आए हुए सरपंच गुरदयाल सिंह जी बटारी वाले, MLA श्री भारद्वाज जी, MC गुरदीप सिंह जी, MC जगतार सिंह जी, चेयरमैन नरवैर सिंह जी साहबी, सरपंच दलजीत सिंह जी पप्पी, सरपंच बलदेव सिंह जी अकलकंडा, सरपंच संदीप सिंह जी। ਲੜਨੇ ਦੀ ਲੋੜ ਸੀ ਕਿ ਨਹੀਂ? ਅੱਜ ਸਰਕਾਰ ਆਉਂਦੀ, ਝੰਡੇ ਵਾਲੀਆਂ ਕਾਰਾਂ ਕਿਹੜਾ ਸਾਡੇ ਕੋਲ ਹੁੰਦੀਆਂ, ਤੁਹਾਡੇ ਕੰਮ ਹੁੰਦੇ। ਆ ਗਰਮੀ 'ਚ ਬਹਿਣ ਦੀ ਥੋੜ੍ਹੀ ਲੋੜ ਪੈਣੀ ਸੀ, ਇਸ ਕਰਕੇ ਧੋਖਾ ਦਿੱਤਾ। ਸ਼ਗਨ ਸਕੀਮ ਨਹੀਂ ਆਈ ਭੈਣਾਂ ਦੀ ਜਿਹਨਾਂ ਦੇ ਵਿਆਹ ਹੋਏ, ਔਰ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਜੇ ਮਨਰੇਗਾ ਦੀ ਗੱਲ ਕਰ ਲਓ, ਕੋਈ ਕੰਮ ਲਾ ਲਓ, ਅੱਜ ਕੋਈ ਕੰਮ ਪਿੰਡਾਂ 'ਚ ਨਹੀਂ ਚੱਲਦਾ, ਕੋਈ ਕਿਤੇ ਗਲੀ ਨਹੀਂ ਬਣ ਰਹੀ, ਔਰ ਇਸ ਕਰਕੇ ਤਕੜੇ ਹੋ ਕੇ ਸਾਥ ਦਿਓ। ਮੈਂ ਤੁਹਾਡਾ ਪੁੱਤਰਾਂ ਭਤੀਜਾ ਭਰਾ ਬਹੁਤ ਪਾਲਟੀਆਂ ਨੇ ਤੁਹਾਡੇ ਕੋਲ ਆਉਣਾ, ਝਾੜੂ ਵਾਲੇ ਨੂੰ ਤਾਂ ਮੈਨੂੰ ਪਤਾ ਤੁਸੀਂ ਮੂੰਹ ਨਹੀਂ ਲਾਉਂਦੇ, ਅਤੇ ਕਾਲੀ ਜਲ ਤਾਂ ਵੈਸੇ ਭੋਗ ਪਿਆ ਹੈ, ਕਿਉਂਕਿ ਉਹ ਤਾਂ ਜਿਉਂਦੀ ਵਸਦੀ ਰਹੇ ਬੀਬੀ ਹਰਸਿਮਰਤ ਕੌਰ ਬਾਦਲ, ਜਿਹੜੀ ਕਹਿੰਦੀ ਸੀ ਕਿ ਜੇ ਅਸੀਂ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਹੇ, ਅਤੇ ਅੱਜ ਵੀ ਜਦੋਂ ਭੈਣ ਦੇ ਭਰਮਈਆ ਹੀ ਪਾਲਟੀ ਛੱਡ ਕੇ ਚਲੇ ਜਾਂਦੇ ਅਤੇ ਕੱਖ ਆਪੇ ਨਹੀਂ ਰਹਿੰਦਾ। ਔਰ ਉਦੋਂ ਬਾਅਦ 'ਚ ਮੈਂ ਇੱਕ ਹੋਰ ਨਵਾਂ ਆਇਆ ਵਾ ਜਿਹਨੂੰ ਭਾਈ ਸਾਹਿਬ ਕਹਿੰਦੇ ਆ, ਅਤੇ ਵੇਖ ਲਓ ਇਹਦੀ ਕੰਮ ਤਾਂ ਆਪਣੇ ਨਾਲ ਉਹੀ ਹੁੰਦਾ। ਮੈਂ ਹੁਣ ਜ਼ਿਆਦਾ ਗੱਲ ਤਾਂ ਨਹੀਂ ਸੁਣਾਉਣੀ, ਮੈਂ ਇੱਕ ਛੋਟੀ ਜਿਹੀ ਕਹਾਵਤ ਸੁਣਾ ਕੇ ਤੁਹਾਡੇ ਤੋਂ ਆਗਿਆ ਲਵਾਂਗਾ। ਕਿਸੇ ਜੱਟ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਆਏ ਨੇ, ਦੋ ਚਾਰ ਨਾਰੇ ਲਾ ਦੇ। ਜਿਸ ਇਲਾਕੇ ਚ ਗਏ ਆ ਬਹੁਤ ਭਰਮਾ ਹੁੰਦਾ ਰਿਹਾ ਜੀ, ਪਰ ਮੈਂ ਆਸ ਨਹੀਂ ਰੱਖਦਾ ਸੀ ਕਿ ਖੇਮ ਕਰਨ ਚ ਕਿੱਡਾ ਵੱਡਾ ਹੁੰਦਾ ਰਿਹਾ। ਉੱਥੇ 10,000 ਲੋਕਾਂ ਦੀ ਰੈਲੀ ਹੋਈ, ਇੰਨੀ ਗਰਮੀ ਦੇ ਵਿੱਚ 10,000 ਲੋਕ ਉੱਥੇ ਇਕੱਠੇ ਹੋ ਕੇ ਜ਼ੀਰਾ ਸਾਹਿਬ ਦਾ ਸਵਾਗਤ ਕੀਤਾ। ਔਰ ਕੋਈ ਹਲਕਾ ਇਹੋ ਜਿਹਾ ਨਹੀਂ ਜਿੱਥੇ ਜ਼ੀਰਾ ਸਾਹਿਬ ਦਾ ਸਵਾਗਤ ਨਾ ਹੋ ਰਿਹਾ ਹੋਵੇ। ਇਕੱਲੇ ਸਵਾਗਤ ਦੀ ਗੱਲ ਨਹੀਂ, ਕਾਂਗਰਸ ਪਾਰਟੀ ਦੇ ਵਰਕਰ ਹਰ ਪਿੰਡ 'ਚ ਹਰ ਗਲੀ 'ਚ ਹਰ ਮੰਡੀ 'ਚ, ਔਰ ਜਿੱਥੇ ਤਾਈਂ ਕਪੂਰਥਲੇ ਦਾ ਸਵਾਲ ਆ ਬਈ ਫੜਾ ਮਾਰਨ ਦੀ ਲੋੜ ਨਹੀਂ, ਇਹ ਜਦੋਂ ਡੱਬੇ ਖੁੱਲ੍ਹਣੇ ਪਤਾ ਲੱਗ। ਅਤੇ ਤੁਸੀਂ ਇੱਕ ਸਵਾਲ ਜ਼ੀਰਾ ਸਾਹਿਬ ਨੂੰ ਕੀਤਾ ਸੀ, ਤੁਸੀਂ ਸਵਾਲ ਕਰਨਾ ਚਾਹੁੰਦੇ ਸੀ, ਪਤਾ ਨਹੀਂ ਤੁਸੀਂ ਹਲਕੇ ਦਾ ਕਰਨਾ